ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਅਤੇ ਸਾਨੂੰ 4-5 ਕਿਲੋਮੀਟਰ 200-300 ਮੋਟਰਸਾਈਕਲਾਂ 'ਤੇ ਨੌਜਵਾਨ ਮੁੰਡੇ ਉਹ ਸਾਨੂੰ ਚਿੱਟੀਆਂ ਝੰਡੀਆਂ ਲੈ ਕੇ ਬਾਹਰੋਂ ਰਿਸੀਵ ਕਰਨ ਲਈ ਆਉਂਦੇ ਨੇ, ਇੰਨੇ ਪਿਆਰ ਸਤਿਕਾਰ ਨਾਲ ਲੈ ਕੇ ਜਾਂਦੇ ਨੇ। ਅਤੇ ਜਦੋਂ ਕਾਂਗਰਸ ਵਾਲੇ ਜਾਂ ਅਕਾਲੀ ਦਲ ਵਾਲੇ ਪਿੰਡਾਂ ਦੇ ਵਿੱਚ ਜਾਂਦੇ ਨੇ ਅਤੇ ਉਹਨਾਂ ਨੂੰ 200-300 ਮੋਟਰਸਾਈਕਲਾਂ ਦੇ ਉੱਪਰ ਨੌਜਵਾਨ ਮੁੰਡੇ ਕਾਲੀਆਂ ਝੰਡੀਆਂ ਨਾਲ ਪਿੰਡੋਂ ਬਾਹਰ ਕੱਢ ਕੇ ਆਉਂਦੇ ਨੇ, ਸੋ ਅਮਨ ਅਰੋੜਾ ਦਾ ਦਿਮਾਗ ਖਰਾਬ ਹੈ ਕਿ ਉਹਨਾਂ ਦੇ ਵਿੱਚ ਜਾਏਗਾ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇ ਮੀਡੀਆ ਦਾ ਜਿਹੜਾ ਇਨਫੋਰਮੇਸ਼ਨ ਦਾ ਖੂਫੀਆ ਤੰਤਰ ਇੰਨਾ ਹੀ ਮਜ਼ਬੂਤ ਹੈ, ਇੰਨਾ ਹੀ ਸਟਰੋਂਗ ਹੈ, ਅਤੇ ਮੀਡੀਆ ਨੂੰ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਜਾਣ ਬਾਰੇ ਕਿਉਂ ਨਾ ਪਤਾ ਲੱਗਿਆ ਪਹਿਲਾਂ? ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੋਵੇ ਕਿ ਸਪੀਕਰ ਵਿਧਾਨ ਸਭਾ ਦਾ ਆਪ ਐੱਮ ਐੱਲ ਏ ਦੀ ਖਰੀਦੋ ਫਰੋਖਤ ਦੇ ਵਿੱਚ, ਆਪ ਡਿਫੈਕਸ਼ਨਾਂ ਕਰਾਉਣ ਦੇ ਵਿੱਚ ਅਤੇ ਆਪ ਐੱਮ ਐੱਲ ਏ ਦੀ ਪੋਚਿੰਗ ਦੇ ਵਿੱਚ ਆਪ ਸ਼ਾਮਲ ਹੈ। ਅਮਰਜੀਤ ਸਿੰਘ ਸੰਦੋਆ ਜ਼ਰੂਰ ਕਹਿੰਦੇ ਸੀਗੇ ਕਦੇ ਕਦੇ ਕਿ ਮੇਰੇ ਸਿਰ ਕਰਜ਼ਾ, ਮੇਰੇ ਸਿਰ ਕਰਜ਼ਾ। ਹੁਣ ਪਤਾ ਨਹੀਂ ਤਾਂ ਭਾਈ ਕਾਂਗਰਸ ਨੇ ਉਹਨਾਂ ਦਾ ਕਰਜ਼ਾ ਉਤਾਰ ਦਿੱਤਾ ਅਤੇ ਪਤਾ ਨਹੀਂ ਉਹਨਾਂ ਨੂੰ ਹੋਰ ਗਾਹਾਂ ਲੋਕਾਂ ਨੂੰ ਕਰਜ਼ਾ ਦੇਣ ਯੋਗਾ ਕਰਤਾ। ਸੁਖਬੀਰ ਸਿੰਘ ਬਾਦਲ ਜੇ ਆਪ ਐੱਮ ਐੱਲ ਏ ਆਲਰੇਡੀ ਹੈਗੇ, ਉਹ ਐੱਮ ਪੀ ਬਣਨਾ ਚਾਹੁੰਦੇ ਨੇ, ਇੱਕ ਨਵੀਂ ਬਾਈ ਇਲੈਕਸ਼ਨ ਕਿਉਂ ਫਿਰੋਜ਼ਪੁਰ ਦੇ ਲੋਕ ਆਪਦੇ ਉੱਪਰ ਥੋਪਦੇ ਨੇ? ਪਿਛਲੇ ਕਰੀਬ ਅੱਧੇ ਦਹਾਕੇ ਤੋਂ ਪੰਜਾਬ ਦੇ ਵਿੱਚ ਤੀਜਾ ਬਦਲ, ਖਾਸ ਕਰ ਆਮ ਆਦਮੀ ਪਾਰਟੀ, ਬਹੁਤ ਚਰਚਾ 'ਚ ਹੈ। ਪਿਛਲੀਆਂ ਦੋ ਚੋਣਾਂ ਹੋਈਆਂ 2014 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਕਿ 4 ਸੀਟਾਂ ਵੱਡੇ ਮਾਰਜਨ ਨਾਲ ਜਿਹੜੀਆਂ ਨੇ ਲੋਕ ਸਭਾ ਦੀਆਂ ਜਿੱਤ ਕੇ ਦਿੱਤੀਆਂ। ਉਸ ਤੋਂ ਬਾਅਦ 2017 'ਚ ਪਾਰਟੀ ਦੀਆਂ ਉਮੀਦਾਂ ਭਾਵੇਂ ਬਹੁਤ ਵੱਡੀਆਂ ਸਨ, ਪਰ ਪਾਰਟੀ ਨੂੰ ਫਿਰ ਵੀ ਜੋ ਪੰਜਾਬੀਆਂ ਨੇ ਦੁਬਾਰਾ ਫਿਰ ਉਹਨਾਂ ਦਾ ਮਾਣ ਸਤਿਕਾਰ ਬਰਕਰਾਰ ਰੱਖਦਿਆਂ ਉਹਨਾਂ ਨੂੰ ਮੁੱਖ ਵਿਰੋਧੀ ਧਿਰ ਚੁਣ ਕੇ ਦਿੱਤਾ ਹੈ। ਇਸ ਵਾਰ ਪਾਰਟੀ ਫਿਰ ਚੋਣ ਮੈਦਾਨ 'ਚ ਖੁੱਦੀ ਹੋਈ ਹੈ, ਪਰ ਇਸ ਵਾਰ ਗੱਲਾਂ ਕੁਝ ਅਸ਼ੁੱਭ ਵਾਪਰ ਰਹੀਆਂ ਨੇ। ਕੁਝ ਸਿਟਿੰਗ ਐੱਮ ਐੱਲ ਏ ਪਾਰਟੀ ਦੇ ਪਾਰਟੀ ਨੂੰ ਛੱਡ ਕੇ ਸੱਤਾਧਾਰੀ ਪਾਰਟੀ 'ਚ ਜਾ ਰਹੇ ਨੇ। ਇਸ ਮੁੱਦੇ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਨ ਲਈ ਬਣੇ ਹੋਏ ਨੇ ਆਮ ਆਦਮੀ ਪਾਰਟੀ ਦੇ ਚੋਣ ਜੋ ਮੁਹਿੰਮ ਹੈ ਉਹਦੇ ਚੇਅਰਮੈਨ ਅਮਨ ਅਰੋੜਾ ਜੀ। ਅਮਨ ਜੀ, ਖੈਰ ਤੁਸੀਂ ਅੱਜ ਚੋਣ ਮਨੋਰਥ ਪੱਤਰ ਆਪਣਾ ਪੰਜਾਬ ਦੇ ਬਾਰੇ ਜਾਰੀ ਕੀਤਾ ਹੈ। ਗੱਲ ਤਾਂ ਇਹ ਕਰਨੀ ਬਣਦੀ ਹੈ, ਪਰ ਪੰਜਾਬੀਆਂ ਦੀ ਜੋ ਮਨ ਦੀ ਗੱਲ ਹੈ ਜਾਂ ਮਨ ਦਾ ਸਵਾਲ ਹੈ, ਉਹ ਸਭ ਤੋਂ ਵੱਡਾ ਇਹ ਹੈ ਕਿ ਹਰ ਕਿਸੇ ਨੂੰ ਇਹ ਅਫਵਾਹਾਂ ਦੇ ਬਾਜ਼ਾਰ ਦੇ ਗਰਮ ਬਾਜ਼ਾਰ 'ਚ ਉਸ ਭਰਮ 'ਚ ਪੈਣਾ ਪੈ ਰਿਹਾ ਹੈ ਕਿ ਸ਼ਾਇਦ ਅਮਨ ਅਰੋੜਾ ਖੁਦ ਕਾਂਗਰਸ 'ਚ ਜਾ ਰਹੇ ਨੇ ਆਮ ਆਦਮੀ ਪਾਰਟੀ ਛੱਡ ਕੇ। ਪਹਿਲਾਂ ਇਹ ਗੱਲ ਸਪਸ਼ਟ ਕਰੋ। ਦੇਖੋ, ਇਸ ਤਰ੍ਹਾਂ ਕਿ ਗੱਲ ਇਹ ਬੜੀ ਵਾਰੀ ਅਸੀਂ ਕਲੀਅਰ ਕਰ ਚੁੱਕੇ ਹਾਂ, ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗੂ ਖੜ੍ਹੇ ਹਾਂ ਅਤੇ ਖੜ੍ਹੇ ਰਹਾਂਗੇ। ਸਵਾਲ ਇਹ ਹੈ ਕਿ ਕਾਂਗਰਸ ਪਾਰਟੀ ਅਜਿਹੀਆਂ ਕੋਝੀਆਂ ਚਾਲਾਂ ਕਿਉਂ ਚੱਲ ਰਹੀ ਹੈ? ਕਿਉਂਕਿ ਉਹਨਾਂ ਕੋਲ ਜਿਹੜੇ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀਗੇ, ਘਰ ਘਰ ਨੌਕਰੀ ਦਾ, ਪੂਰਾ ਕਰਜ਼ਾ ਮਾਫੀ ਦੀ ਗੱਲ ਕੀਤੀ ਸੀਗੀ, ਬੇਅਦਬੀ ਔਰ ਨਸ਼ੇ ਵਾਲਿਆਂ ਨੂੰ ਅੰਦਰ ਡੱਕਣ ਦੀ ਗੱਲ ਕੀਤੀ ਸੀਗੀ, 51,000 ਸ਼ਗਨ ਸਕੀਮ ਦੀ, ਪੈਨਸ਼ਨ ਸਕੀਮ ਦੀ, ਬੇਰੁਜ਼ਗਾਰੀ ਭੱਤਿਆਂ ਦੀ ਗੱਲ ਕੀਤੀ ਸੀਗੀ। ਕੀਤਾ ਕੱਖ ਨਹੀਂ ਹੈਗਾ 2 ਸਾਲਾਂ ਦੇ ਵਿੱਚ। ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ ਗਿਆ ਨੂੰ ਡਾਂਗਾ ਲੈ ਕੇ ਮਗਰ ਪੈ ਰਹੇ ਨੇ। ਸੋ ਇਸ ਕਰਕੇ ਇਹ ਅਸਲੀ ਮੁੱਦਿਆਂ ਤੋਂ ਭਟਕਾਉਣ ਦੇ ਲਈ ਇਹ ਇਸ ਤਰ੍ਹਾਂ ਦੀ ਜਿਹੜੀਆਂ ਕੋਝੀਆਂ ਚਾਲਾਂ ਨੇ ਉਹ ਚੱਲ ਰਹੇ ਨੇ। ਕਿਉਂ ਆਮ ਆਦਮੀ ਪਾਰਟੀ ਦਾ ਅਮਨ ਅਰੋੜਾ ਜਾਂ ਕੋਈ ਹੋਰ ਐੱਮ ਐੱਲ ਏ ਕਿਉਂ ਜਾਏਗਾ ਉਹਨਾਂ ਦੇ ਵਿੱਚ? ਅਸੀਂ ਜਦੋਂ ਹੁਣ ਮੈਂ 3 ਦਿਨ ਅਸੀਂ ਲਗਾਤਾਰ ਸੁਨਾਮ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਸੀਗੇ, ਮੈਂ ਅਤੇ ਭਗਵੰਤ ਮਾਨ ਜੀ, ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਅਤੇ ਸਾਨੂੰ 4-5 ਕਿਲੋਮੀਟਰ 200-300 ਮੋਟਰਸਾਈਕਲਾਂ 'ਤੇ ਨੌਜਵਾਨ ਮੁੰਡੇ ਉਹ ਸਾਨੂੰ ਚਿੱਟੀਆਂ ਝੰਡੀਆਂ ਲੈ ਕੇ ਬਾਹਰੋਂ ਰਿਸੀਵ ਕਰਨ ਲਈ ਆਉਂਦੇ ਨੇ, ਇੰਨੇ ਪਿਆਰ ਸਤਿਕਾਰ ਨਾਲ ਲੈ ਕੇ ਜਾਂਦੇ ਨੇ। ਅਤੇ ਜਦੋਂ ਕਾਂਗਰਸ ਵਾਲੇ ਜਾਂ ਅਕਾਲੀ ਦਲ ਵਾਲੇ ਪਿੰਡਾਂ ਦੇ ਵਿੱਚ ਜਾਂਦੇ ਨੇ ਅਤੇ ਉਹਨਾਂ ਨੂੰ 200-300 ਮੋਟਰਸਾਈਕਲਾਂ ਦੇ ਉੱਪਰ ਨੌਜਵਾਨ ਮੁੰਡੇ ਕਾਲੀਆਂ ਝੰਡੀਆਂ ਨਾਲ ਪਿੰਡੋਂ ਬਾਹਰ ਕੱਢ ਕੇ ਆਉਂਦੇ ਨੇ, ਸੋ ਅਮਨ ਅਰੋੜਾ ਦਾ ਦਿਮਾਗ ਖਰਾਬ ਹੈ ਕਿ ਉਹਨਾਂ ਦੇ ਵਿੱਚ ਜਾਏਗਾ? ਸੋ ਇਸ ਕਰਕੇ ਸਿਰਫ ਔਰ ਸਿਰਫ ਆਮ ਲੋਕਾਂ ਦੇ ਵਿੱਚ ਭਰਮ ਭੁਲੇਖਾ ਫੈਲਾਉਣ ਦੇ ਲਈ, ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਜਿਹੜਾ ਕੂੜ ਪ੍ਰਚਾਰ ਹੈ ਇਹ ਹੋ ਰਿਹਾ। ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦੇ ਵਿੱਚ ਲੋਕਾਂ ਨੇ ਬੜੇ ਮਾਣ ਨਾਲ ਭਜਾਇਆ ਅਤੇ ਉਹ ਜ਼ਿੰਮੇਵਾਰੀ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾ ਰਹੇ ਹਾਂ। ਅਮਨ ਜੀ, ਜਿਹੜਾ ਇਹ ਤੁਸੀਂ ਭਰੋਸਾ ਦਿੱਤਾ ਹੈ ਜਾਂ ਦਾਅਵਾ ਕੀਤਾ ਹੈ ਕਿ ਅਮਨ ਅਰੋੜਾ ਆਮ ਆਦਮੀ ਪਾਰਟੀ ਨਹੀਂ ਛੱਡ ਰਹੇ ਜਾਂ ਕਾਂਗਰਸ 'ਚ ਨਹੀਂ ਜਾ ਰਹੇ, ਇਹ ਦਾਅਵਾ ਜਾਂ ਇਹ ਭਰੋਸਾ ਤੁਹਾਡਾ ਸਿਰਫ ਆਪਣੇ ਬਾਰੇ ਹੀ ਹੈ ਕਿ ਆਪਣੇ ਨਾਲ ਦੇ ਜੋ 11 ਵਿਧਾਇਕ ਨੇ ਉਹਨਾਂ ਬਾਰੇ ਵੀ ਹੈ, ਖਾਸ ਕਰ ਸੰਧਵਾ ਸਾਹਿਬ ਬਾਰੇ? ਦੇਖੋ, ਇਸ ਤਰ੍ਹਾਂ ਕਿ ਪਹਿਲਾਂ ਵੀ ਅਸੀਂ ਇੱਥੇ ਪੀਸੀ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਸਾਰੇ ਐੱਮ ਐੱਲ ਏ ਹਾਜ਼ਰ ਸੀਗੇ ਕੱਲ੍ਹ, ਕਿਉਂਕਿ ਹੁਣ ਹੋ ਕੀ ਰਿਹਾ। ਦੇਖੋ ਭੁਪਿੰਦਰ ਜੀ, ਜਦੋਂ ਦੇ ਨਾਜ਼ਰ ਸਿੰਘ ਮਾਨਸ਼ਾਹੀਆ ਗਏ ਨੇ ਉਦੋਂ ਦਾ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਚਰਚਾਵਾਂ ਦਾ ਦੌਰ ਗਰਮ ਹੈ ਕਿ ਜੀ ਫਲਾਣਾ ਆ ਰਿਹਾ, ਫਲਾਣਾ ਆ ਰਿਹਾ, ਫਲਾਣੇ ਨਾਲ ਗੱਲ ਚੱਲ ਰਹੀ ਹੈ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇ ਮੀਡੀਆ ਦਾ ਜਿਹੜਾ ਇਨਫੋਰਮੇਸ਼ਨ ਦਾ ਖੂਫੀਆ ਤੰਤਰ ਇੰਨਾ ਹੀ ਮਜ਼ਬੂਤ ਹੈ, ਇੰਨਾ ਹੀ ਸਟਰੋਂਗ ਹੈ, ਅਤੇ ਮੀਡੀਆ ਨੂੰ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਜਾਣ ਬਾਰੇ ਕਿਉਂ ਨਾ ਪਤਾ ਲੱਗਿਆ ਪਹਿਲਾਂ? ਇਹ ਸਿਰਫ 2 ਬੰਦਿਆਂ ਨੂੰ ਪਤਾ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਔਰ ਤ੍ਰਿਪਤ ਰਜਿੰਦਰ ਬਾਜਵਾ ਨੂੰ। ਸੁਨੀਲ ਜਾਖੜ ਜਿਹੜੇ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਖੁਦ ਆਪ ਨਹੀਂ ਪਤਾ ਸੀਗਾ। ਹੁਣ 15 ਦਿਨਾਂ ਦਾ ਕੰਮ ਇਹ ਚਲਾ ਰੱਖਿਆ ਕਿ ਇਹ ਆ ਰਿਹਾ, ਉਹ ਆ ਰਿਹਾ, ਔਰ ਮੈਨੂੰ ਦੁੱਖ ਅਫਸੋਸ ਇਸ ਗੱਲ ਦਾ ਹੁੰਦਾ, ਕੱਲ੍ਹ ਅਸੀਂ 11 ਐੱਮ ਐੱਲ ਏਜ਼ ਨੇ ਸਾਈਨ ਕਰਕੇ ਲੋਕਾਂ ਦੇ ਨਾਮ, ਮੀਡੀਆ ਦੇ ਨਾਮ, ਕੁਛ ਸਤਿਕਾਰਯੋਗ ਸਾਥੀ ਪੱਤਰਕਾਰ, ਕਿਉਂਕਿ ਪੱਤਰਕਾਰਤਾ
ਚੌਥਾ ਥੰਮ ਮੈਂ ਬਹੁਤ ਸਤਿਕਾਰ ਕਰਦੇ ਹਾਂ ਡੈਮੋਕ੍ਰੇਸੀ ਦਾ, ਅਸੀਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ, ਪਰ ਮੈਂ ਸਮਝਦਾ ਕਿ ਇੱਕ ਜਿਹੜੀ ਚੀਜ਼ ਨਜਾਇਜ਼ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਜੀ, ਸੰਭਾਵਨਾ ਹੈ ਕਿ ਫਲਾਣਾ MLA ਕਾਂਗਰਸ ਦੇ ਵਿੱਚ ਚੱਲਿਆ ਜੀ, ਅੱਗੇ ਹੈਡਿੰਗ ਲਾ ਕੇ ਲਾ ਦਿੰਦੇ ਨੇ ਕੁਐਸਚਨ ਮਾਰਕ, ਇਹ ਕਿੱਥੋਂ ਦੀ ਪੱਤਰਕਾਰਿਤਾ ਹੈ ਜੀ? ਇਹ ਤਾਂ ਕੋਈ ਗੱਲ ਨਾ ਬਣੀ ਕਿ ਤੁਸੀਂ ਚਰਚਾਵਾਂ ਦੇ ਆਧਾਰ 'ਤੇ ਕਿਸੇ ਦੇ ਉੱਪਰ ਕਰੈਕਟਰ ਅਸੈਸੀਨੇਸ਼ਨ ਕਰ ਦਿਓ। ਸੋ ਅਸੀਂ ਉਸ ਚਿੱਠੀ ਦੇ ਵਿੱਚ ਇਹ ਕਿਹਾ ਕਿ ਜੇ ਕੋਈ MLA ਇਹਨਾਂ ਦੇ ਵਿੱਚੋਂ 11 ਜਿਹਨੇ ਸਾਈਨ ਕੀਤੇ ਨੇ, ਜੇ ਇਹਨਾਂ ਦੇ ਵਿੱਚੋਂ ਕੋਈ ਜਾਂਦਾ ਤਾਂ ਇਹ ਸਮਝ ਲਿਆ ਕਰੋ ਕਿ ਉਹ ਸੌਦਾ ਕਰ ਗਿਆ, ਅਤੇ ਜੇ ਨਹੀਂ ਜਾਂਦਾ ਹੈਗਾ ਤਾਂ ਫਿਰ ਜਿਹੜਾ ਪੱਤਰਕਾਰ ਚਰਚਾਵਾਂ ਦੇ ਬੇਸਿਸ ਦੇ ਉੱਪਰ ਖਬਰਾਂ ਲਾਉਂਦਾ ਤਾਂ ਫਿਰ ਇਹ ਸਮਝ ਲਿਆ ਜਾਵੇ ਵੀ ਉਹ ਪੱਤਰਕਾਰ ਸਾਡਾ ਵੀਰ ਭਰਾ ਜਾਂ ਤਾਂ ਕੋਈ ਆਪਦਾ ਨਿੱਜੀ ਜਾਂ ਮਾਲੀ ਮੁਫਾਦ ਪੂਰਾ ਕਰ ਰਿਹਾ ਅਤੇ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ ਏਜੰਡਾ ਚਲਾ ਰਿਹਾ। ਚਰਚਾਵਾਂ ਦੇ ਆਧਾਰ ਦੇ ਉੱਪਰ ਰਾਜਨੀਤੀ ਨਹੀਂ ਚੱਲਦੀ ਹੈਗੀ। ਤੁਸੀਂ ਚਰਚਾ ਕਰੋ ਅੱਜ ਪੰਜਾਬ ਦੀ ਜਵਾਨੀ ਦੀ, ਪੰਜਾਬ ਦੀ ਕਿਸਾਨੀ ਦੀ, ਪੰਜਾਬ ਦੇ 2.5 ਲੱਖ ਕਰੋੜ ਦੇ ਕਰਜ਼ੇ ਦੀ, ਪੰਜਾਬ ਦੇ ਵਪਾਰੀਆਂ, ਉਹ ਸਾਡੇ ਨਾਲ ਚਰਚਾ ਕਰੋ, ਅਸੀਂ ਜਵਾਬ ਦੇਵਾਂਗੇ ਉਹਦਾ। ਅਮਨ ਜੀ, ਤੁਸੀਂ ਮੀਡੀਆ 'ਤੇ ਸਵਾਲ ਚੁੱਕਿਆ, ਆਖਿਰ ਸਵਾਲ ਚੱਕਣ ਦਾ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਵੀ ਪੂਰਾ ਹੱਕ ਹੈ, ਪਰ ਸਵਾਲ ਦੀ ਮਰਿਆਦਾ ਹੋਣੀ ਚਾਹੀਦੀ ਹੈ। ਤੁਸੀਂ ਕਿਹਾ ਕਿ ਮੀਡੀਆ ਨੂੰ ਨਹੀਂ ਪਤਾ ਸੀ ਕਿ ਨਾਜ਼ਰ ਸਿੰਘ ਮਾਨਸ਼ਾਹੀਆ ਜਾ ਰਹੇ ਨੇ ਕਿ ਨਹੀਂ ਜਾ ਰਹੇ ਨੇ। ਉਸ ਤੋਂ ਬਾਅਦ ਤੁਸੀਂ ਵਿਧਾਇਕ ਦਲ ਦੀ ਬੈਠਕ ਚੰਡੀਗੜ੍ਹ 'ਚ ਬੁਲਾਉਂਦੇ ਹੋ, ਸਾਨੂੰ ਪੱਤਰਕਾਰਾਂ ਨੂੰ ਉਸੇ ਥਾਂ 'ਤੇ ਮਿਲਦੇ ਹੋ ਜਿੱਥੇ ਤੁਸੀਂ ਅੱਜ ਚੋਣ ਮੈਨੀਫੈਸਟੋ ਜਿਹੜਾ ਹੈਗਾ ਜਾਰੀ ਕੀਤਾ ਹੈ। ਉੱਥੇ ਇੱਕ ਹੋਰ ਵਿਧਾਇਕ ਰੋਪੜ ਤੋਂ ਜਿਹੜੇ ਨੇ ਅਮਰਜੀਤ ਸਿੰਘ ਸੰਦੋਆ ਤੁਹਾਡੇ ਨਾਲ ਬੈਠੇ ਸੀ, ਕਿ ਤੁਹਾਨੂੰ ਵੀ ਇਲਮ ਨਹੀਂ ਸੀ ਕਿ ਵੀ ਉਹ ਵੀ ਸਟੈਪ ਚੱਕਣ ਜਾ ਰਹੇ ਨੇ, ਜਾਂ ਉਹਨਾਂ ਨੂੰ ਉੱਥੇ ਫੋਨ ਕਿਹਦੇ ਆ ਰਹੇ ਨੇ? ਉਹ ਵਾਰ ਵਾਰ ਤੁਸੀਂ ਬਾਹਰ ਖੜ੍ਹੇ ਗੱਲਾਂ ਕਰ ਰਹੇ ਹੋ ਮੀਡੀਆ ਨਾਲ, ਉਹ ਵਾਰ ਵਾਰ ਇੱਕ ਫੋਨ ਸੁਣਨ ਲਈ ਖੁੰਝੇ 'ਚ ਜਾ ਰਹੇ ਨੇ, ਫਿਰ ਉਹਨਾਂ ਦਾ ਮੂੰਹ ਉਤਰਿਆ ਹੁੰਦਾ ਉਹ ਵਾਪਸ ਆ ਰਹੇ ਨੇ। ਦੇਖੋ, ਇਹਦੇ ਬਾਰੇ ਤਾਂ ਉਹੀ ਦੱਸ ਸਕਦੇ ਨੇ, ਪਰ ਮੈਂ ਸਮਝਦਾ ਕਿ ਕਿਸੇ ਦੇ ਮਨ ਦੇ ਵਿੱਚ ਕੀ ਮੈਲ ਹੈ, ਕੀ ਪਾਪ ਹੈ, ਜਾਂ ਮਨ ਸਾਫ਼ ਹੈ ਜਾਂ ਨਹੀਂ ਸਾਫ਼, ਇਹ ਤਾਂ ਉਹੀ ਦੱਸ ਸਕਦਾ। ਜੇ ਉਸ ਦਿਨ ਅਸੀਂ ਕੋਈ ਦੁੱਧ ਚੁੰਘਦੇ ਬੱਚੇ ਤਾਂ ਹੈ ਨਹੀਂ ਕਿ ਅਸੀਂ ਚੱਕੇ ਨਾਲ ਬਿਠਾ ਲਿਆ, ਸਾਡੇ ਨਾਲ ਜੇ ਸਹਿਮਤੀ ਨਾਲ ਬੈਠੇ ਸੀਗੇ ਤਾਂ ਉਹ ਉਸ ਚੀਜ਼ ਦਾ ਮਤਲਬ ਹੈ ਕੋਈ। ਸਾਨੂੰ ਤਾਂ ਆਪਦੇ ਸਾਡੇ ਲਈ ਇਹ ਸ਼ੌਕਿੰਗ ਸੀਗਾ, ਸਾਡੇ ਲਈ ਝਟਕਾ ਸੀਗਾ ਕਿ ਉਹ 2 ਦਿਨ ਪਹਿਲਾਂ ਸਾਡੇ ਨਾਲ ਬੈਠੇ ਨੇ ਅਤੇ ਉਸ ਤੋਂ ਬਾਅਦ ਉੱਧਰ ਚਲੇ ਜਾਂਦੇ ਨੇ। ਔਰ ਮੈਂ ਸਮਝਦਾ ਕਿ ਇਹਦੇ 'ਚ ਸਰਕਾਰ ਹਰ ਹੀਲਾ ਵਸੀਲਾ ਵਰਤ ਰਹੀ ਹੈ। ਕਮਰਜੀਤ ਸਿੰਘ ਸੰਦੋਆ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਜੀ ਖੁਦ ਆਪਦੀ ਗੱਡੀ ਦੇ ਵਿੱਚ ਉਹਨਾਂ ਦੇ ਘਰੋਂ ਲੈ ਕੇ ਆਏ ਨੇ, ਕੈਪਟਨ ਅਮਰਿੰਦਰ ਸਿੰਘ ਦੇ ਘਰ ਲਿਜਾ ਕੇ। ਆਪ ਸਪੀਕਰ ਜਿਹਦਾ ਕਿ ਰੋਲ ਹੋਣਾ ਚਾਹੀਦਾ ਬਿਨਾਂ ਕਿਸੇ ਪੱਖਪਾਤ ਦੇ, ਜਿਹਦਾ ਰੋਲ ਇੱਕ ਨਿਊਟਰਲ ਹੋਣਾ ਚਾਹੀਦਾ, ਉਹ ਇੱਕ ਪੱਖਪਾਤੀ ਰੋਲ ਅਦਾ ਕਰ ਰਹੇ ਨੇ ਅਤੇ ਆਪ ਸਰੋਪਾ ਕਾਂਗਰਸ ਦਾ ਫੜਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਕਿ ਇਹਦੇ ਗਲ ਦੇ ਵਿੱਚ ਪਾਓ। ਇਹਦਾ ਮਤਲਬ ਤਾਂ ਇਹ ਹੋ ਰਿਹਾ, ਔਰ ਇਹ ਸ਼ਾਇਦ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੋਵੇ ਕਿ ਸਪੀਕਰ ਵਿਧਾਨ ਸਭਾ ਦਾ ਆਪ MLA ਦੀ ਖਰੀਦੋ ਫਰੋਖਤ ਦੇ ਵਿੱਚ, ਆਪ ਡਿਫੈਕਸ਼ਨਾਂ ਕਰਾਉਣ ਦੇ ਵਿੱਚ ਅਤੇ ਆਪ MLA ਦੀ ਪੋਚਿੰਗ ਦੇ ਵਿੱਚ ਆਪ ਸ਼ਾਮਲ ਹੈ, ਉਹ 'ਚ ਭੂਮਿਕਾ ਨਿਭਾ ਰਿਹਾ। ਮੈਂ ਸਮਝਦਾ ਕਿ ਜਿਹੜੀ ਸਪੀਕਰ ਦੀ ਮਰਿਆਦਾ, ਸਪੀਕਰ ਦੀ ਕੁਰਸੀ ਹੈ, ਉਹ ਵੀ ਇਹਦੇ ਨਾਲ ਦਾਗਦਾਰ ਹੋਈ ਹੈ ਅਤੇ ਸਪੀਕਰ ਰਾਣਾ KP ਜੀ ਨੂੰ ਖੁਦ ਮੋਰਲ ਗਰਾਊਂਡ ਦੇ ਉੱਪਰ ਸਟੈਪ ਡਾਊਨ ਕਰ ਜਾਣਾ ਚਾਹੀਦਾ, ਉਹਨਾਂ ਨੂੰ ਅਹੁਦੇ ਤੋਂ ਹਟ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਮਰਿਆਦਾ ਸਪੀਕਰ ਦੀ ਕੁਰਸੀ ਦੀ ਭੰਗ ਕੀਤੀ ਹੈ। ਤੁਸੀਂ ਇੱਕ ਵੱਡੀ ਗੱਲ ਕਹੀ ਹੈ ਕਿ ਜਿਹੜੇ 11 MLAs ਨੇ ਤੁਹਾਡੇ ਨਾਲ ਜਿਹੜਾ ਹੈਗਾ ਸਿਗਨੇਚਰ ਕੀਤੇ ਨੇ, ਜੇ ਉਹਨਾਂ 'ਚੋਂ ਕੋਈ ਜਾਂਦਾ ਹੈ ਤਾਂ ਮੰਨ ਲਓ ਕਿ ਉਹ ਵਿਕ ਗਿਆ ਜਾਂ ਉਹਦੇ ਨਾਲ ਸੌਦਾ ਹੋਇਆ, ਇਹ ਕਿਸ ਤਰ੍ਹਾਂ ਦੀ ਸੌਦੇਬਾਜ਼ੀ ਹੋ ਰਹੀ ਹੈ, ਕੋਈ ਇਹ ਵੀ ਥੋੜ੍ਹਾ ਖੁਲਾਸਾ ਕਰੋ। ਦੇਖੋ, ਸੌਦੇਬਾਜ਼ੀ ਤਾਂ ਹੁਣ ਜਿਹਦੇ ਨਾਲ ਜਿਹੜੀ ਹੋ ਰਹੀ ਹੈ ਉਹ ਉਸੇ ਤੋਂ ਪਤਾ ਲੱਗਦਾ, ਪਰ ਇਹਦੇ ਬਾਰੇ ਅਮਰਜੀਤ ਸਿੰਘ ਸੰਦੋਆ ਜ਼ਰੂਰ ਕਹਿੰਦੇ ਸੀਗੇ ਕਦੇ ਕਦੇ ਕਿ ਮੇਰੇ ਸਿਰ ਕਰਜ਼ਾ, ਮੇਰੇ ਸਿਰ ਕਰਜ਼ਾ। ਹੁਣ ਪਤਾ ਨਹੀਂ ਤਾਂ ਭਾਈ ਕਾਂਗਰਸ ਨੇ ਉਹਨਾਂ ਦਾ ਕਰਜ਼ਾ ਉਤਾਰ ਦਿੱਤਾ ਅਤੇ ਪਤਾ ਨਹੀਂ ਉਹਨਾਂ ਨੂੰ ਹੋਰ ਗਾਹਾਂ ਲੋਕਾਂ ਨੂੰ ਕਰਜ਼ਾ ਦੇਣ ਯੋਗਾ ਕਰਤਾ। ਇਹ ਤਾਂ ਹਰੇਕ ਬੰਦੇ, ਦੇਖੋ ਭਾਅ ਜੀ, ਕਿਸੇ ਦੇ ਮਨ ਦੇ ਵਿੱਚ ਵੜ ਕੇ ਨਹੀਂ ਦੇਖਿਆ ਜਾ ਸਕਦਾ ਹੈਗਾ। ਅਸੀਂ ਪੰਜਾਬ ਦੇ ਲੋਕਾਂ ਨੂੰ ਕਮਿਟਡ ਹਾਂ, ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ ਅਤੇ ਉਹ ਡਿਊਟੀ ਹੈ ਜਿਹੜੀ ਇਮਾਨਦਾਰੀ ਦੇ ਨਿਭਾ ਰਹੇ ਹਾਂ। ਸੋ ਇਸ ਕਰਕੇ ਥੋੜ੍ਹਾ ਜਿਹਾ ਫੋਕਸ ਹੈ ਜਿਹੜਾ, ਆਹ ਘੱਟੋ ਘੱਟ 10-12 ਦਿਨ ਪੰਜਾਬ ਦੇ ਮੁੱਦਿਆਂ ਦੀ ਆਪਾਂ ਗੱਲ ਕਰੀਏ। ਆਮ ਆਦਮੀ ਪਾਰਟੀ ਬਚਦੀ ਹੈ, ਟੁੱਟਦੀ ਹੈ, MLA ਇੱਕ ਰਹਿੰਦਾ ਜਾਂ 117 ਆਉਂਦੇ ਨੇ, ਇਹ ਮੈਟਰ ਨਹੀਂ ਕਰਦਾ ਹੈਗਾ। ਮੈਟਰ ਇਹ ਕਰਦਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀ ਖੁਦਕੁਸ਼ੀ ਨੂੰ ਕੌਣ ਰੋਕ ਰਿਹਾ, ਕੌਣ ਰੋਕ ਸਕਦਾ? ਕਿਸਾਨ ਨੌਜਵਾਨਾਂ ਦੇ ਹੱਥਾਂ ਦੇ ਵਿੱਚੋਂ ਨਸ਼ੇ ਦੀਆਂ ਪੁੜੀਆਂ ਫੜ ਕੇ ਉਹਨਾਂ ਨੂੰ ਰੋਜ਼ਗਾਰ ਕੌਣ ਦੇ ਸਕਦਾ? ਪੰਜਾਬ ਦੇ 2.5 ਲੱਖ ਕਰੋੜ ਦੇ ਕਰਜ਼ੇ ਦੀ ਪੰਡ ਨੂੰ ਕੌਣ ਉਤਾਰ ਸਕਦਾ? ਇਹ ਚੀਜ਼ਾਂ ਨੇ ਜਿਹੜੀਆਂ ਅੱਜ ਜਿਨ੍ਹਾਂ ਦੇ ਉੱਪਰ ਫੋਕਸ ਕਰਨ ਦੀ ਤੁਹਾਨੂੰ ਵੀ ਔਰ ਸਾਨੂੰ ਵੀ ਲੋੜ ਹੈ, ਉਹਨਾਂ ਦੇ ਉੱਪਰ ਆਪਾਂ ਚਰਚਾ ਕਰੀਏ। ਆਮ ਆਦਮੀ ਪਾਰਟੀ ਪਿਛਲੇ 8-9 ਮਹੀਨਿਆਂ 'ਚ 2 ਵੱਡੇ ਝਟਕਿਆਂ 'ਚੋਂ ਨਿਕਲੀ ਹੈ। ਇੱਕ ਤਾਂ ਹਰਪਾਲ ਸਿੰਘ ਚੀਮਾ ਉਹਨਾਂ ਨੂੰ ਨੇਤਾ ਵਿਰੋਧੀ ਧਿਰ ਬਣਾਉਣ ਉੱਤੇ, ਸੁਖਪਾਲ ਸਿੰਘ ਖਹਿਰਾ ਕੁਝ MLA ਲੈ ਕੇ ਵੱਖਰੇ ਹੋ ਜਾਂਦੇ ਨੇ। ਉਦੋਂ ਪੰਜਾਬੀਆਂ ਨੇ ਜਾਂ ਜਿੰਨੇ ਵੀ ਤੁਹਾਡੇ ਸ਼ੁਭ ਚਿੰਤਕ ਨੇ, ਉਹਨਾਂ ਨੇ ਬੜੇ ਹੀ ਉਸ ਨੂੰ ਇੱਕ ਜੈਂਟਲ ਤਰੀਕੇ ਨਾਲ ਲਿਆ ਸੀ, ਖਹਿਰਾ ਦੇ ਮੂਵ ਨੂੰ। ਕੋਈ ਇੰਨੀ ਜ਼ਿਆਦਾ ਭੱਦੀ ਜਿਹੜੀ ਹੈਗੀ ਆ ਆਲੋਚਨਾ ਜਾਂ ਇੰਨੀ ਭੱਦੀ ਸ਼ਬਦਾਵਲੀ ਵੀ ਨਹੀਂ ਵਰਤੀ ਗਈ ਸੀ। ਪਰ ਹੁਣ ਮਾਨਸ਼ਾਹੀਆ ਅਤੇ ਸੰਦੋਆ, ਇਹਨਾਂ ਬਾਰੇ ਹਸ਼ਰ ਆਪਾਂ ਸੋਸ਼ਲ ਮੀਡੀਆ 'ਤੇ ਵੀ ਦੇਖ ਰਹੇ ਹਾਂ, ਇਹਨਾਂ ਦੇ ਪਿੰਡਾਂ ਦੇ ਵਿੱਚ ਇਹਨਾਂ ਦੇ ਖਿਲਾਫ਼ ਮੁਜ਼ਾਹਰੇ ਹੋ ਰਹੇ ਨੇ, ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ, ਇਹ ਕੋਈ ਇਹਨਾਂ ਵਾਸਤੇ ਸ਼ੁਭ ਸ਼ਗਨ ਜਿਹੜਾ ਹੈਗਾ ਮੁੱਢਲੇ ਤੌਰ 'ਤੇ ਪ੍ਰਤੀਤ ਨਹੀਂ ਹੋ ਰਿਹਾ। ਮੇਰਾ ਸਵਾਲ ਇਹ ਹੈ, ਸਵਾਲ ਬੜਾ ਮਹੱਤਵਪੂਰਨ ਹੈ ਕਿ ਆਹ 2 ਸੀਟਾਂ ਦੇ ਉੱਤੇ ਤਾਂ ਜ਼ਿਮਨੀ ਚੋਣ ਪੱਕੀ ਹੋ ਗਈ ਹੈ,
ਦੇਖੋ ਉਮੀਦਵਾਰ ਤਾਂ ਹਮੇਸ਼ਾ ਦੀ ਤਰ੍ਹਾਂ ਬੜੇ ਸਾਫ਼ ਸੁਥਰੀ ਛਵੀ ਦੇ ਹੋਣਗੇ। ਸਾਡੇ ਕੋਸ਼ਿਸ਼ ਹੋਏਗੀ ਕਿ ਵਲੰਟੀਅਰਸ ਦੇ ਵਿੱਚੋਂ ਵਲੰਟੀਅਰਸ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਖੁਸ਼ੀ ਦੇ ਨਾਲ ਹੀ ਕੈਂਡੀਡੇਟ ਜਿਹੜੇ ਅਸੀਂ ਮੈਦਾਨ ਦੇ ਵਿੱਚ ਉਤਾਰਾਂਗੇ। ਹੁਣ ਚੋਣ ਲੜੇਗੀ, ਬਿਲਕੁਲ ਡੈਫੀਨੇਟਲੀ ਲੜਾਂਗੇ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। ਦੇਖੋ ਸਵਾਲ ਇਹ ਹੈ, ਅੱਜ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਆਲਰੇਡੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ, BJP, ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਆਲਰੇਡੀ 8 MLA ਨੇ ਜਿਹੜੇ ਉਹ ਚੋਣਾਂ ਲੜ ਰਹੇ ਨੇ। ਉਹਦੇ ਵਿੱਚੋਂ ਹੋ ਸਕਦਾ ਕੋਈ 2-3-4 MLAs ਨੇ ਜਿਹੜੇ ਉਹ MP ਵੀ ਬਣ ਜਾਣ। 4-5 ਚੋਣਾਂ ਨੇ ਜਿਹੜੀਆਂ ਬਾਈ ਇਲੈਕਸ਼ਨਸ ਨੇ ਵਿਧਾਨ ਸਭਾ ਦੀਆਂ ਉਹ ਆਲਰੇਡੀ ਤੈਅ ਨੇ। ਹੋਰ ਅਜਿਹੀ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰੀ ਆ ਪਈ ਹੈ ਕਿ 78 MLA ਹੋਣ ਦੇ ਬਾਵਜੂਦ ਵੀ ਉਹ ਇਹ ਪੱਟ ਪਟਈਆ ਕਰ ਰਹੇ ਨੇ? ਮਜਬੂਰੀ ਸਿਰਫ ਇਹ ਹੈ ਕਿ ਲੋਕਾਂ ਦਾ ਡਬਲ ਪਰਪਸ ਸੋਲਵ ਹੋ ਰਿਹਾ ਉਹਨਾਂ ਦਾ, ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਓ, ਨੰਬਰ 1, ਨੰਬਰ 2 ਆਮ ਆਦਮੀ ਪਾਰਟੀ ਦੇ MLA ਘਟਾਓ, ਕਾਂਗਰਸ ਦੇ MLA ਜਿਤਾ ਕੇ ਵਿਰੋਧੀ ਧਿਰ ਦਾ ਨੇਤਾ ਜਿਹੜਾ ਉਹ ਅਕਾਲੀ ਦਲ ਨੂੰ ਬਣਾ ਦਿੱਤਾ ਜਾਵੇ, ਸੁਖਬੀਰ ਸਿੰਘ ਬਾਦਲ ਜੀਆਂ ਨੂੰ ਜਾਂ ਵਿਕਰਮ ਮਜੀਠੀਆ ਨੂੰ। ਇਹ ਇੱਕ ਬੜੀ ਰਲੀ ਮਿਲੀ ਸਾਜ਼ਿਸ਼ ਹੈ ਜਿਹੜੀ ਪੰਜਾਬ ਦੇ ਖਿਲਾਫ਼ ਆਮ ਆਦਮੀ ਪਾਰਟੀ ਦੇ ਖਿਲਾਫ਼ ਚੱਲ ਰਹੀ ਹੈ, ਇਹ ਤੋਂ ਲੋਕਾਂ ਨੂੰ ਬਚਣ ਦੀ ਲੋੜ ਹੈ। ਅਰੋੜਾ ਸਾਹਿਬ, ਜਿਵੇਂ ਕਿ ਤੁਸੀਂ ਖੁਦ ਇਸ਼ਾਰਾ ਕਰ ਦਿੱਤਾ ਕਿ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਬਣਾਉਣਾ ਚਾਹੁੰਦੀ ਹੈ ਕੈਪਟਨ ਸਰਕਾਰ, ਸੁਖਬੀਰ ਸਾਹਮਣੇ ਦੋ ਵਿਕਲਪ ਨੇ। ਜੇਕਰ ਉਹ ਜਲਾਲਾਬਾਦ ਉੱਥੋਂ ਫਿਰੋਜ਼ਪੁਰ ਤੋਂ ਜਿੱਤਦੇ ਨੇ ਤਾਂ ਉਹ ਕੇਂਦਰ 'ਚ ਜਾਂਦੇ ਨੇ, ਜੇਕਰ ਉਹਨਾਂ ਵਾਸਤੇ ਰਾਹ ਖੁੱਲ੍ਹਦਾ ਆਮ ਵਿਰੋਧੀ ਧਿਰ ਦਾ ਨੇਤਾ ਬਣਨ ਦਾ ਤਾਂ ਉਹ ਜਲਾਲਾਬਾਦ ਦੀ ਰੱਖਦੇ ਨੇ, ਅਤੇ MP ਜੇ ਜਿੱਤਦੇ ਨੇ ਤਾਂ ਉਹ ਛੱਡਦੇ ਨੇ। ਤਾਂ ਅਜਿਹੇ ਮੌਕੇ 'ਤੇ ਤੁਸੀਂ ਫਿਰੋਜ਼ਪੁਰ ਦੇ ਵੋਟਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਜ਼ਿਮਨੀ ਚੋਣ ਤਾਂ ਫਿਰ ਉੱਥੇ ਵੀ ਕਲੀਅਰ ਹੀ ਹੈ ਨਾ, ਜੇਕਰ ਸੁਖਬੀਰ ਨੇਤਾ ਵਿਰੋਧੀ ਧਿਰ ਦੇ ਲਾਲਚ 'ਚ ਪੰਜਾਬ 'ਚ ਹੀ ਰਹਿ ਜਾਂਦੇ ਨੇ, MLA ਜਲਾਲਾਬਾਦ ਹੀ ਰਹਿ ਜਾਂਦੇ ਨੇ, ਤਾਂ ਜ਼ਿਮਨੀ ਚੋਣ ਲੋਕ ਸਭਾ ਦੀ ਫਿਰੋਜ਼ਪੁਰ 'ਚ ਵੀ ਸੰਭਵ ਹੈ ਜੇਕਰ ਹੁਣ ਉਹ ਜਿੱਤਦੇ ਨੇ। ਨਹੀਂ ਦੇਖੋ, ਇਸ ਤਰ੍ਹਾਂ ਕਿ ਜੋ ਹਾਲਾਤ ਅੱਜ ਪੰਜਾਬ ਦੇ ਵਿੱਚ ਬਣੇ ਪਏ ਨੇ, ਲੱਗਦਾ ਤਾਂ ਨਹੀਂ ਹੈਗਾ ਕਿ ਅਕਾਲੀ ਦਲ ਕੋਈ ਵੀ ਇੱਕ ਸੀਟ ਜਿੱਤੇਗਾ। ਅਸੀਂ ਤਾਂ ਇਹੀ ਉਮੀਦ ਕਰਾਂਗੇ, ਆਸ ਕਰਾਂਗੇ, ਲੋਕਾਂ ਨੂੰ ਅਪੀਲ ਕਰਾਂਗੇ, ਸਾਡੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ, ਨਵਾਂ ਲੜਕਾ ਹੈ, ਕਾਕਾ ਸਰਾ, ਸਾਫ਼ ਸੁਥਰੀ ਇਮੇਜ ਦਾ, ਉਹਨੂੰ ਜਿਤਾਓ। ਸੁਖਬੀਰ ਸਿੰਘ ਬਾਦਲ ਜੇ ਆਪ MLA ਆਲਰੇਡੀ ਹੈਗੇ, ਉਹ MP ਬਣਨਾ ਚਾਹੁੰਦੇ ਨੇ, ਇੱਕ ਨਵੀਂ ਬਾਈ ਇਲੈਕਸ਼ਨ ਕਿਉਂ ਫਿਰੋਜ਼ਪੁਰ ਦੇ ਲੋਕ ਆਪਦੇ ਉੱਪਰ ਥੋਪਦੇ ਨੇ? ਸੋ ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਹੈ ਕਿ ਸਾਡਾ ਕੈਂਡੀਡੇਟ ਜਿੱਤੇ, ਤਾਂ ਕਿ ਆਵਾਜ਼ ਹੈ ਜਿਹੜੀ ਪੰਜਾਬ ਦੀ ਉੱਥੇ ਬੁਲੰਦ ਕੀਤੀ ਜਾ ਸਕੇ। ਬਾਕੀ ਕੌਣ ਬਣਦਾ ਕੌਣ ਨਹੀਂ ਬਣਦਾ, ਉਹਨਾਂ ਦੇ ਵਿੱਚੋਂ ਕਿਹਦੇ ਕੀ ਪਰਮੂਟੇਸ਼ਨ ਕੰਬੀਨੇਸ਼ਨਸ ਹੋਣਗੀਆਂ, ਅਕਾਲੀ ਦਲ ਦੇ ਇਹਨਾਂ ਸਵਾਲਾਂ ਦਾ ਜਵਾਬ ਮੈਂ ਕਿਵੇਂ ਦੇ ਸਕਦਾ ਜੀ? ਮੈਂ ਤਾਂ ਆਪਦੀ ਪਾਰਟੀ ਦੇ ਲਈ ਅਪੀਲ ਕਰ ਸਕਦਾ, ਉਹ ਮੈਂ ਕਰ ਦਿੱਤੀ ਹੈ ਜੀ। ਤੁਹਾਡਾ ਜਿਹੜਾ ਚੋਣ ਮਨੋਰਥ ਪੱਤਰ ਅੱਜ ਜਾਰੀ ਕੀਤਾ, ਇਹਦੇ 'ਚ ਤੁਸੀਂ ਕੀ ਫੈਕਟਰ ਹੈ ਇਹਦੇ 'ਚ? ਦੇਖੋ, ਇਸ ਤਰ੍ਹਾਂ ਕਿ ਇਹ ਸਾਡਾ ਜਿਹੜਾ ਚੋਣ ਮਨੋਰਥ ਪੱਤਰ ਹੈ, ਅਸੀਂ ਆਮ ਆਦਮੀ ਪਾਰਟੀ ਪੰਜਾਬ ਯੂਨਿਟ ਵੱਲੋਂ ਅਸੀਂ ਜਾਰੀ ਕੀਤਾ। ਇਹ 'ਚ ਨਹੀਂ ਝੂਠੇ ਵਾਅਦੇ, ਸਿਰਫ ਪੱਕੇ ਇਰਾਦੇ। ਅਸੀਂ ਕੋਈ ਜੁਮਲੇਬਾਜ਼ੀ ਨਹੀਂ ਕੀਤੀ, ਅਸੀਂ ਕੋਈ 15 ਲੱਖ ਦੀ ਗੱਲ ਨਹੀਂ ਕੀਤੀ ਹੈਗੀ, ਅਸੀਂ ਝੂਠੀਆਂ ਸੌਹਾਂ ਨਹੀਂ ਖਾਧੀਆਂ ਹੈਗੀਆਂ। ਇਹਦੇ 'ਚ ਸਾਡੇ 11 ਪੁਆਇੰਟ ਦਾ ਚੋਣ ਮੈਨੀਫੈਸਟੋ ਹੈ ਜੀ, ਜਿਹਦੇ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ 1.5 ਗੁਣਾ ਮੁੱਲ ਦਾ ਉਹ ਅਸੀਂ ਦਿੱਲੀ ਦੇ ਵਿੱਚ ਆਲਰੇਡੀ 100 ਕਰੋੜ ਰੁਪਏ ਜਿਹੜਾ ਉਹ ਬੋਨਸ ਦੇ ਰੂਪ ਦੇ ਵਿੱਚ ਅਲੱਗ ਰੱਖ ਦਿੱਤਾ, ਦਿੱਲੀ ਦੇ ਵਿੱਚ ਅਸੀਂ ਦੇਣ ਜਾ ਰਹੇ ਹਾਂ। ਇਸੇ ਤਰੀਕੇ ਦੇ ਨਾਲ ਇੰਡਸਟਰੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਜਿਹੜੀ ਐਗਰੋ ਬੇਸਡ ਇੰਡਸਟਰੀ, ਕਿਉਂਕਿ ਐਗਰੀਕਲਚਰ ਸਟੇਟ ਹੈ, ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਆਉਣੀ ਚਾਹੀਦੀ ਹੈ, ਤਾਂ ਕਿ ਖੇਤੀ ਨੂੰ ਜਿਹੜੇ ਇਸ ਫਸਲੀ ਚੱਕਰ ਦੇ ਵਿੱਚੋਂ ਕੱਢਿਆ ਜਾ ਸਕੇ। ਜੇ ਸਪੋਜ਼ ਆਲੂ ਦੇ ਚਿਪਸ ਬਣਨਗੇ ਤਾਂ ਕਿਸਾਨ ਦਾ ਵੀ ਫਾਇਦਾ ਹੋਏਗਾ, ਇੰਡਸਟਰੀ ਦਾ ਵੀ ਫਾਇਦਾ ਹੋਏਗਾ, ਅਤੇ ਉੱਥੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਇਸੇ ਤਰੀਕੇ ਦੇ ਨਾਲ ਜਿਹੜੀਆਂ ਨੇੜਲੀਆਂ ਸਟੇਟਸ ਨੇ, ਨੇਬਰਿੰਗ ਸਟੇਟਸ ਨੇ, ਉਹਦੇ ਜਿਹੜਾ ਟੈਕਸ ਉਹਨਾਂ ਨੂੰ ਰਿਲੀਫ ਮਿਲਦਾ ਰਿਹਾ, ਉਹਦੇ ਕਰਕੇ ਪੰਜਾਬ ਦੀ ਇੰਡਸਟਰੀ ਹੈ ਜਿਹੜੀ ਉਹ ਤਬਾਹ ਹੋ ਗਈ। ਇਸੇ ਤਰੀਕੇ ਦੇ ਨਾਲ ਵਪਾਰੀਆਂ ਲਈ ਜਿਹੜੀ GST ਦਰ ਆ ਉਹ ਘੱਟ ਕੀਤੀਆਂ ਜਾਣਗੀਆਂ, ਸਰਲ ਬਣਾਇਆ ਜਾਵੇਗਾ। ਕਲਕੱਤੇ ਤੋਂ ਅੰਮ੍ਰਿਤਸਰ ਤੱਕ ਇੱਕ ਫਰੇਟ ਕੋਰੀਡੋਰ ਬੜੇ ਲੰਬੇ ਸਮੇਂ ਤੋਂ ਲਟਕ ਰਿਹਾ, ਜਿਹੜਾ ਕਿ ਲਾਈਫ ਲਾਈਨ ਹੋ ਸਕਦਾ ਇੰਡਸਟਰੀ ਦੇ ਲਈ, ਉਹਦੇ ਲਈ ਸਾਡੇ MP ਨੇ ਜਿਹੜੇ ਜਿੱਤਣ ਤੋਂ ਬਾਅਦ ਜਦੋ ਜਹਿਦ ਕਰਨਗੇ। ਨੌਜਵਾਨਾਂ ਦੇ ਰੋਜ਼ਗਾਰ ਦੇ ਲਈ ਵੱਡੀ ਜਿਹੜੀਆਂ ਪਬਲਿਕ ਸੈਕਟਰ ਅੰਡਰਟੇਕਿੰਗ ਸੈਂਟਰਲ ਗੌਰਮੈਂਟ ਦੀਆਂ, ਜਿਵੇਂ ਸਪੋਜ਼ ਰੇਲ ਕੋਚ ਫੈਕਟਰੀ ਹੈ ਜਾਂ NFL ਹੈ, ਇਹਨਾਂ ਦਾ ਜਿਹੜਾ ਹੈਗਾ, ਇਸ ਤਰ੍ਹਾਂ ਦੀ ਵੱਡੀ ਇੰਡਸਟਰੀ ਪੰਜਾਬ ਦੇ ਵਿੱਚ ਕੋਈ ਨਹੀਂ ਹੈਗੀ ਜਿਹਦੇ ਨਾਲ ਹਜ਼ਾਰਾਂ ਰੋਜ਼ਗਾਰ ਮਿਲ ਸਕਦੇ ਨੇ, ਉਹ ਸਾਡਾ ਬੇਸਿਸ ਹੋਏਗਾ। ਕੈਂਸਰ ਨਾਲ ਕਾਲੇ ਪੀਲੀਏ ਨਾਲ ਲੜਨ ਲਈ PGI AIIMS ਤਰ੍ਹਾਂ ਦੇ ਵੱਡੇ ਹੋਸਪਿਟਲ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ, IIT IIM ਸੈਂਟਰਲ ਯੂਨੀਵਰਸਿਟੀ ਉਚੇਰੀ ਸਿੱਖਿਆ ਦੇ ਲਈ ਉਹ ਹੋਣਾ ਚਾਹੀਦਾ ਹੈ। ਸਾਡਾ ਪੋਲਿਊਟਿਡ ਹੋ ਚੁੱਕਿਆ ਪਾਣੀ ਵੀ, ਧਰਤੀ ਵੀ, ਔਰ ਹਵਾ ਵੀ, ਉਹਦੇ ਲਈ ਸਪੈਸ਼ਲ ਪੈਕੇਜ ਹੈ ਜਿਹੜਾ ਉਹ ਹੋਣਾ ਚਾਹੀਦਾ। ਔਰ ਪੰਜਾਬ ਆਲਰੇਡੀ 3 ਲੜਾਈਆਂ ਨੇ ਜਿਹੜੀਆਂ, ਪਹਿਲਾਂ ਪਾਕਿਸਤਾਨ ਨਾਲ ਵੰਡ ਦੀ, ਫਿਰ ਅੱਤਵਾਦੀ, ਔਰ ਫਿਰ ਹੁਣ ਖੇਤੀ ਔਰ ਜਿਹੜਾ ਨੌਜਵਾਨੀ ਦੇ ਉੱਪਰ ਡਰੱਗਸ ਦਾ ਸੰਕਟ ਹੈ, ਉਹਦੇ ਲਈ ਸਪੈਸ਼ਲ ਪੈਕੇਜ ਹੈ ਜਿਹੜਾ ਉਹ ਪੰਜਾਬ ਦੀ ਲੌਂਗ ਟਰਮ ਪੈਕੇਜ ਹੈ ਜਿਹੜਾ ਉਹ ਮਿਲਣਾ ਚਾਹੀਦਾ। ਔਰ ਸਭ ਤੋਂ ਲਾਸਟ ਐਂਡ ਲੀਸਟ ਜਿਹੜਾ MP-LED ਦਾ ਹੁਣ 5 ਕਰੋੜ ਹੈ, ਸ਼ਾਇਦ ਆਉਣ ਵਾਲੇ ਸਮੇਂ 'ਚ 15 ਕਰੋੜ ਹੋ ਜੇ, ਉਹ 'ਚ 2 ਤਿਹਾਈ ਹੈ ਜਿਹੜੇ ਸਾਡੀ ਕਮਿਟਮੈਂਟ ਹੈ, 2 ਤਿਹਾਈ ਹੈ ਜਿਹੜਾ ਉਹ ਹੈਲਥ ਔਰ ਐਜੂਕੇਸ਼ਨ ਦੇ ਉੱਪਰ ਅਸੀਂ ਖਰਚ ਕਰਾਂਗੇ। ਸੋ ਇੱਕ ਮੋਟਾ ਮੋਟਾ ਜਿਹਾ ਸਾਡੀ ਵਿਜ਼ਨ ਕੀ ਹੈ, ਬਲੂ ਪ੍ਰਿੰਟ ਕੀ ਹੈ ਸਾਡਾ, ਅਸੀਂ ਕਿਸ ਤਰੀਕੇ ਦੇ ਨਾਲ ਅੱਗੇ ਚੱਲਾਂਗੇ ਜੇ ਲੋਕ ਸਾਡੇ 'ਤੇ ਵਿਸ਼ਵਾਸ ਕਰਨਗੇ, ਇਹ ਉਹ ਚੀਜ਼ਾਂ ਨੇ
ਜਿਹੜੀਆਂ ਪ੍ਰੈਕਟੀਕਲੀ ਡੂਏਬਲ ਨੇ, ਜਿਹੜੀਆਂ ਕਰਨ ਯੋਗ ਨੇ, ਕੀਤੀਆਂ ਜਾ ਸਕਦੀਆਂ ਨੇ, ਅਤੇ ਕਰਕੇ ਦਿਖਾਵਾਂਗੇ ਜੇ ਲੋਕਾਂ ਨੇ ਮੌਕਾ ਦਿੱਤਾ।